ਮੈਂ ਸਮਝਦਾ ਬੜੀ ਮੰਦਭਾਗੀ ਘਟਨਾ ਸਾਡੇ ਅੱਜ ਸ਼ਹਿਰ ਧਾਰੀਵਾਲ ਦੇ ਵਿੱਚ ਹੋਈ ਹੈ ਕਿ ਸਾਰੇ ਸ਼ਹਿਰ ਦੀ ਜਿਸ ਮੰਦਰ ਦੇ ਨਾਲ ਆਸਥਾ ਜੁੜੀ ਹੈ ਸਾਰੇ ਉੱਥੇ ਮਸੇਰੇ ਆ ਕੇ ਮੱਥਾ ਟੇਕਦੇ ਨੇ। ਸ਼ੀਤਲਾ ਮਾਤਾ ਮੰਦਰ ਧਾਰੀਵਾਲ, ਇੱਕ ਚੋਰ ਦਿਨ ਦਿਹਾੜੇ ਆ ਕੇ ਮਾਤਾ ਰਾਣੀ ਜੀ ਦੀ ਨਥਰੀ ਅਤੇ ਉਹਨਾਂ ਦੇ ਹੋਰ ਜੇਵਰ ਦੀ ਜਿਹੜੀ ਚੋਰੀ ਕਰਦਾ ਹੈ, ਮੈਂ ਸਮਝਣਾ ਇਸ ਤੋਂ ਵੱਡੀ ਮੰਦਭਾਗੀ ਘਟਨਾ ਹੋਰ ਕੀ ਹੋ ਸਕਦੀ ਹੈ ਕਿ ਚੋਰਾਂ ਦੇ ਇੰਨੇ ਕੁ ਹੌਸਲੇ ਬੁਲੰਦ ਹੋ ਗਏ ਕਿ ਹੁਣ ਮੰਦਰਾਂ ਗੁਰਦੁਆਰਿਆਂ ਨੂੰ ਨਹੀਂ ਬਖਸ਼ਦੇ ਪਏ। ਕਦੀ ਪਿੱਛੇ ਜੀ ਹੋਇਆ ਸੀਗਾ ਕਿ ਸ਼ਨੀ ਮੰਦਰ ਦੇ ਗੋਲਕ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਸੀਗੇ, ਕਦੀ ਗੁਰਦੁਆਰੇ ਦੀ ਗੋਲਕ ਤੋੜ ਕੇ ਲੈ ਜਾਂਦੇ ਨੇ। ਅੱਜ ਜਿਹੜਾ ਨਵਾਂ ਹੀ ਘਟਨਾ ਸਾਡੇ ਸਾਹਮਣੇ ਆਈ ਹੈ ਕਿ ਸ਼ੀਤਲਾ ਮਾਤਾ ਮੰਦਰ ਧਾਰੀਵਾਲ ਦੇ ਵਿੱਚ ਆ ਕੇ ਉਹਨਾਂ ਨੇ ਮਾਤਾ ਰਾਣੀ ਜੀ ਦੀ ਨਥਨੀ ਅਤੇ ਜੇਵਰ ਜਿਹੜੇ ਚੋਰੀ ਕੀਤੇ ਨੇ। ਮੈਂ ਕਹਿੰਦਾ ਕਿ ਇਸ ਘਟਨਾ ਨੇ ਸਾਰੇ ਸ਼ਹਿਰ ਨੂੰ ਸੋਚੀ ਪਾ ਦਿੱਤਾ ਕਿ ਪ੍ਰਸ਼ਾਸਨ ਸਾਡਾ ਜਿੱਥੇ ਆਪਾਂ ਇੰਨਾ ਵਿਸ਼ਵਾਸ ਕਰਦੇ ਹਾਂ ਅਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਕਿਸ ਤਰ੍ਹਾਂ ਹੋ ਗਿਆ। ਮੈਂ ਆਪਣੇ SSP ਦਾਇਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਜੀ ਨੂੰ ਵੀ ਬੇਨਤੀ ਕਰਦਾ ਅਤੇ SHO ਧਾਰੀਵਾਲ ਨੂੰ ਬੇਨਤੀ ਕਰਦਾ ਕਿ ਹਜੇ ਉਹਨੇ ਨਵਾਂ ਨਵਾਂ ਚਾਰ ਸੰਭਾਲਿਆ ਧਾਰੀਵਾਲ ਦੇ ਵਿੱਚ, ਕਿ ਇਹੋ ਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਤਾਂ ਕਿ ਲੋਕਾਂ ਦਾ ਪ੍ਰਸ਼ਾਸਨ ਉੱਤੇ ਜਿਹੜਾ ਵਿਸ਼ਵਾਸ ਆ ਉਹ ਬਣਿਆ ਰਹੇ ਅਤੇ ਲੋਕ ਪ੍ਰਸ਼ਾਸਨ ਉੱਤੇ ਪੂਰਾ ਵਿਸ਼ਵਾਸ ਕਰਨ। ਇਹਦੇ ਨਾਲ ਹੀ ਮੈਂ ਇਸ ਘਟਨਾ ਦੀ ਬਹੁਤ ਨਿਖੇਧੀ ਕਰਦਾ। ਦੇਖੋ ਜੀ, ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹਨਾਂ ਦੀ ਸਾਰੀ ਜੜ੍ਹ ਜਿਹੜੀ ਆ ਉਹ ਨਸ਼ਾ ਹੀ ਹੈ। ਨਸ਼ਾ ਖਤਮ ਹੋ ਜਾਏਗਾ ਤਾਂ ਮੈਂ ਸਮਝਦਾ ਕਿ ਲੋਕ ਚੋਰੀਆਂ ਕਰਨੀਆਂ ਵੀ ਬੰਦ ਕਰ ਦੇਣਗੇ। 90% ਜਿਹੜੀਆਂ ਚੋਰੀਆਂ ਨਸ਼ੇ ਦੇ ਕਾਰਨ ਹੋ ਰਹੀਆਂ, ਬਾਕੀ ਪ੍ਰਸ਼ਾਸਨ ਬਹੁਤ ਕੋਸ਼ਿਸ਼ ਕਰ ਰਿਹਾ ਪਰ ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਫਿਰ ਵੀ ਦੇਖੋ ਜੇ ਇਹੋ ਜਿਹੀਆਂ ਘਟਨਾਵਾਂ ਸਾਡੇ ਸਮਾਜ ਦੇ ਵਿੱਚ ਹੋਣਗੀਆਂ, ਜੇ ਮੰਦਰ ਗੁਰਦੁਆਰੇ ਸੇਫ ਨਹੀਂ ਰਹਿਣਗੇ ਤਾਂ ਆਮ ਜਨਤਾ ਕੀ ਸੇਫ ਰਹੇਗੀ। ਕਰੀਬ ਕੋਈ ਵਿਅਕਤੀ ਮੰਦਿਰ ਮੈਂ ਜਬ ਕਾਫੀ ਲੋਕ ਥੇ ਉਸ ਸਮੇਂ ਮੱਥਾ ਟੇਕਣੇ ਕੇ ਲਿਏ ਆਏ, ਕੋਈ ਇੱਕ ਵਿਅਕਤੀ ਆਇਆ ਉਹ ਮੱਥਾ ਟੇਕ ਰਿਹਾ ਥਾ ਨੋਰਮਲੀ, ਉਸਕੇ ਹਾਵ ਭਾਵ ਦੇਖ ਕੇ ਲਗਤਾ ਹੈ ਕਿ ਉਹ ਮੱਥਾ ਹੀ ਟੇਕ ਰਿਹਾ ਥਾ, ਪਰ ਬਾਅਦ ਮੈਂ ਉਸਕੇ ਵੀਡੀਓ ਕੈਮਰਾ ਜਬ ਦੇਖਾ CCTV ਕੈਮਰੇ ਤੋ ਤਬ ਪਤਾ ਲਗਾ ਕਿ ਉਸਨੇ ਮਾਤਾ ਕੀ ਇੱਕ ਸੋਨੇ ਕੀ ਨੱਥੀ ਇੱਕ ਮਾਂਗ ਟੀਕਾ ਥਾ, ਤੋ ਉਹ ਚੀਜ਼ਾਂ ਉਹ ਉਠਾ ਕੇ ਔਰ ਉਨਕੋ ਜੇਬ ਮੇ ਡਾਲ ਕੇ ਔਰ ਲੈ ਗਿਆ। ਉਸਕਾ ਵੀਡੀਓ ਫੁਟੇਜ ਹੈ, ਮੰਦਿਰ ਕੀ ਜੋ DVR ਸਿਸਟਮ ਹੈ CCTV ਫੁਟੇਜ ਸਿਸਟਮ ਹੈ ਰਿਕਾਰਡਿੰਗ ਮੇ ਉਸਮੇ ਹੈ, ਉਸਕਾ ਫੁਟੇਜ ਪੂਰਾ ਉਪਲਬਧ ਹੈ। ਹਾਂ, ਪੁਲਿਸ ਪ੍ਰਸ਼ਾਸਨ ਕੋ ਸੂਚਨਾ ਦੀ ਗਈ ਥੀ ਕੱਲ ਪ੍ਰਾਤ ਸੂਚਨਾ ਦੀ ਗਈ ਔਰ ਬੜਾ ਦੁਖਿਤ ਹੈ, ਜਿਸੇ ਕਹਿੰਦੇ ਨੇ ਪੁਲਿਸ ਨੇ ਕੋਈ ਰਿਸਪੋਂਸ ਹੀ ਨਹੀਂ ਆਇਆ ਕੱਲ ਸੇ, ਜਬਕਿ ਮੰਦਿਰ ਕਾ ਸ਼ਹਿਰ ਕਾ ਚੌਕ ਕਾ ਮੰਦਿਰ ਹੈ ਔਰ ਸਾਰੇ ਸ਼ਹਿਰ ਕੀ ਆਸਥਾ ਜੁੜੀ ਹੈ ਇਸ ਚੀਜ਼ ਸੇ ਔਰ ਪ੍ਰਸ਼ਾਸਨਿਕ ਸ਼ਾਸਨਿਕ ਲੋਕ ਵੀ ਮੰਦਿਰ ਮੇ ਆਤੇ ਰਹਤੇ ਹੈ, ਤਬ ਵੀ ਐਸਾ ਹਾਦਸਾ ਹੁਆ ਔਰ ਮੇਰੇ ਖਿਆਲ ਸੇ 24 ਘੰਟੇ ਸੇ ਉਪਰ ਹੋ ਗਿਆ, ਪੁਲਿਸ ਅਭੀ ਤੱਕ ਯਹਾਂ ਪਹੁੰਚ ਹੀ ਨਹੀਂ ਪਤਾ ਲੈਣੇ ਕੇ ਲਿਏ, ਔਰ ਰੋਜ਼ ਐਸੇ ਹਾਦਸੇ ਹੋ ਰਹੇ ਔਰ ਅਬ ਤੋ ਮੰਦਿਰੋਂ ਮੇ ਹੋ ਰਹੇ ਔਰ ਸਰੇਆਮ ਲੂਟ ਕੋ ਹੋ ਰਹੀ ਹੈ ਔਰ ਮੂਰਤੀਆਂ ਸੇ ਉਹ ਕਰ ਦੇਣਾ, ਔਰ ਉਸਸੇ ਬੜਾ ਹਾਦਸਾ ਹੋ ਸਕਦਾ ਥਾ। ਕੱਲ ਜਾ ਕੇ ਮੈਨੇ ਬਸਰ ਦੇ ਪੁਲਿਸ ਸਟੇਸ਼ਨ ਮੇ ਜਾ ਕੇ ਉਨਕੋ ਇਤਨਾ ਵੀ ਕਹਾ ਥਾ ਕਿ ਧਾਰਮਿਕ ਮੁੱਦਾ ਹੈ ਔਰ ਇਸੇ ਹਮ ਉਛਾਲਣਾ ਨਹੀਂ ਚਾਹਤੇ, ਕਿ ਕਿਸੀ ਤਰੀਕੇ ਸੇ ਇਸੇ ਸ਼ਾਂਤ ਕੀਜੀਏ, ਸ਼ਾਂਤ ਕੀਜੀਏ, ਜੋ ਵਿਅਕਤੀ ਲੈ ਕੇ ਗਿਆ ਹੈ ਉਸੇ ਆਪ ਪਕੜੇ ਔਰ ਉਸ ਚੀਜ਼ ਕੋ ਮੰਦਿਰ ਕੋ ਦੇ, ਕਿਉਂ ਕਿਉਂਕਿ ਲੋਕੋ ਨੇ ਆਨਾ ਹੈ, ਉਨਕੀ ਆਸਥਾ ਔਰ ਉਨਕੀ ਭਾਵਨਾਏ ਉਸਸੇ ਜੁੜੀ ਹੈ, ਤੋ ਪ੍ਰਸ਼ਾਸਨ ਕੱਲ ਸੇ ਅਭੀ ਤੱਕ ਉਨਕੇ ਕਾਨ ਮੇ ਜੂ ਨਹੀਂ ਰਹੀ ਹੈ। ਅਭੀ ਤੱਕ ਨਹੀਂ ਆਈ ਪੁਲਿਸ, ਕੋਈ ਨਹੀਂ ਆਈ। ਬਹੁਤ ਹੀ ਇੱਕ ਮੰਦਭਾਗਾ ਘਟਨਾ ਹੋਈ ਹੈ ਜੋ ਕਿ ਸਾਡੇ ਸ਼ੀਤਲਾ ਮਾਤਾ ਮੰਦਰ ਡਰਮਾ ਰੋਡ 'ਚ ਇੱਕ ਸਾਡੀ ਆਸਥਾ ਹੈ, ਸਾਡਾ ਇੱਕ ਬਹੁਤ ਹੀ ਵੱਡਾ ਮੰਦਰ ਵੀ ਆ ਜਿੱਥੇ ਅਸੀਂ ਰੋਜ਼ ਮੱਥਾ ਟੇਕਣ ਆਉਂਦੇ ਹਾਂ। ਮੈਂ ਬਹੁਤ ਜਿਹੜੀ ਘਟਨਾ ਅੱਜ ਵੀਡੀਓ CCTV ਵਗੈਰਾ ਵਿੱਚ ਵੇਖੀ ਹੈ ਕਿ ਇੱਕ ਆਦਮੀ ਆਉਂਦਾ ਹੈ ਮੱਥਾ ਟੇਕਦਾ ਹੈ, ਬਾਹਰ 'ਚੋਂ ਮਾਤਾ ਰਾਣੀ ਦੀ ਇੱਕ ਨੱਥ ਉਤਾਰਦਾ ਹੈ, ਇੱਕ ਟਿੱਕਾ ਉਤਾਰਦਾ ਹੈ, ਜੋ ਕਿ ਬਹੁਤ ਹੀ ਮਾੜੀ ਘਟਨਾ ਹੋਈ ਹੈ ਧਾਰੀਵਾਲ 'ਚ। ਮੈਂ SSP ਸਾਹਿਬ ਪੁਲਿਸ ਅੱਗੇ ਬੇਨਤੀ ਕਰਾਂਗਾ, ਕਿਉਂਕਿ ਕੱਲ੍ਹ ਦੀ ਕੰਪਲੇਂਟ ਲਿਖਾਈ ਹੈ, ਕੋਈ ਕਾਰਵਾਈ ਨਹੀਂ ਹੋਈ। ਮੈਂ ਉਹਨਾਂ ਅੱਗੇ ਬੇਨਤੀ ਕਰਾਂਗਾ, ਧਾਰੀਵਾਲ SHO ਸਾਹਿਬ ਅੱਗੇ ਬੇਨਤੀ ਕਰਾਂਗਾ ਕਿ ਜਲਦ ਤੋਂ ਜਲਦ CCTV ਕੈਮਰੇ ਨੂੰ ਖੋਲਿਆ ਜਾਏ, ਉਹ ਆਦਮੀ ਦੀ ਪਹਿਚਾਣ ਕਰਕੇ ਉਹਨੂੰ ਜਲਦੀ ਜਲਦੀ ਫੜਿਆ ਜਾਏ, ਜਿਹੜਾ ਵੀ ਉਹਨੇ ਘਟਨਾ ਕੀਤੀ ਉਹਨੂੰ ਬਾਅਦ
ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਜੇ ਮੈਂ ਧਾਰੀਵਾਲ ਨਿਵਾਸੀ ਅੱਗੇ, ਹੋਰ ਵੀ ਜਿਹੜੇ ਮੇਰੀ ਸੰਸਥਾ ਧਾਰੀਵਾਲ ਹਿੰਦੂ ਜਥੇਬੰਦੀਆਂ ਹੈ, ਸਾਰੀ ਜਥੇਬੰਦੀਆਂ ਅੱਗੇ ਵੀ ਅੱਜ ਮੈਂ ਬੇਨਤੀ ਕਰਦਾ ਕਿ ਸਾਰੇ ਹੀ ਅੱਗੇ ਹੋ ਕੇ ਇਸ ਜੋ ਵੀ ਧਾਰੀਵਾਲ 'ਚ ਅੱਜ ਕੰਮ ਹੋਇਆ ਹੈ ਮੰਦਿਰ 'ਚ, ਉਹਨੂੰ ਅੱਗੇ ਆ ਕੇ ਆਵਾਜ਼ ਚੁੱਕ ਕੇ ਇਸ ਨੂੰ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਏ।